चाइना डो एक कातिल डोर है, इसके बावजूद लोग इसको बेचने में जरा भी हिचकिचा नहीं रहे हैं। अमृतसर की छेरेटा पुलिस ने 3 लोगों को गिरफ्तार करके उनके कब्जे से 700 के करीब चाइना डोर के गट्टू बरामद किए हैं और मामला दर्ज किया है। पुलिस के मुताबिक लोहड़ी के पर्व के मद्देनजर ये चेकिंग की जा रही थी और ये डोर काफी खतरनाक है। इस डोर से अब तक कई लोग अपाहिज तक हो चुके हैं, जबकि ये डोर पूरी तरह से प्रतिबंधित है। ਉਹਨਾਂ ਦੀਆਂ ਹਦਾਇਤਾਂ 'ਤੇ ਚੱਲਦੇ ਹੋਏ ਇੱਕ ਸਾਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕਿ ਸਾਡੇ ASI ਬਲਵਿੰਦਰ ਸਿੰਘ ਚੌਂਕੀ ਚਾਹ ਗੁਰੂ ਕੀ ਬਟਾਲੀ ਇਹ ਇੰਡੀਆ ਗੇਟ ਦੇ ਵਿੱਚ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਜੂਦ ਸੀ ਅਤੇ ਇਹਨਾਂ ਨੂੰ ਨਾ ਇਤਲਾਹ ਮਿਲੀ ਕਿ ਮੋਨੂ ਦਲਜੀਤ ਅਤੇ ਪ੍ਰਦੀਪ ਸ਼ਰਮਾ ਜੋ ਕਿ ਪ੍ਰੋਹਿਬਿਟਡ ਜਿਹੜੇ ਚਾਈਨੀਜ਼ ਸਟ੍ਰਿੰਗ ਹੈਗੀ ਹੈ ਗੱਟੂ ਜਿਹਨੂੰ ਆਪਾਂ ਚਾਈਨੀਜ਼ ਡੋਰ ਕਹਿੰਦੇ ਹਾਂ ਉਹਨਾਂ ਦਾ ਬਹੁਤ ਭਾਰੀ ਤਾਦਾਦ ਦੇ ਵਿੱਚ ਕੰਮ ਕਰ ਰਹੇ ਆ ਜਿਸ 'ਤੇ ਇਹਨਾਂ ਨੇ ਉਸ ਇਨਫੋਰਮੇਸ਼ਨ 'ਤੇ ਕੰਮ ਕਰਦੇ ਹੋਏ ਇਹਨਾਂ ਤਿੰਨਾਂ ਕੋਲੋਂ 12 ਕਾਰਟੂਨ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਆ। ਉਹਦੇ 'ਚ ਟੋਟਲ 702 ਗੱਟੂ ਬਰਾਮਦ ਹੋਏ ਆ। ਇਹ ਜਿੱਦਾਂ ਬਸੰਤ ਲੋਹੜੀ ਦਾ ਤਿਉਹਾਰ ਅੱਗੇ ਆ ਰਿਹਾ ਅਤੇ ਇਹਨਾਂ ਨੇ ਇੱਕ ਕਾਰਟੂਨ ਜਿਹੜਾ 20,000 ਦੇ ਕਰੀਬ ਕਾਰਟੂਨ ਹੈਗਾ, 2.5-3 ਲੱਖ ਰੁਪਏ ਦਾ ਮਾਲ ਸੀਗਾ ਇਹਨਾਂ ਨੇ ਅਤੇ ਉਹ ਇਹਨਾਂ ਨੇ ਇਹਨਾਂ ਕੋਲੋਂ ਇਹੀ ਬਰਾਮਦ ਕੀਤਾ ਆ। ਜੋ ਕਿ ਇਹ ਇੰਨੀ ਕੁ ਜਾਨਲੇਵਾ ਹੈਗੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਦੇ ਵਿੱਚ ਉਹਨਾਂ ਨੂੰ ਬੜਾ ਹੀ ਖਤਰਾ ਹੈ। ਇਸ ਡੋਰ ਨਾਲ ਬਹੁਤ ਸਾਰੇ ਲੋਕ ਹੈਂਡੀਕੈਪਡ ਹੋ ਗਏ, ਕਿਸੇ ਦੀ ਅੱਖ ਚਲੀ ਗਈ, ਕਿਸੇ ਦੀ ਗਲਾ ਕੱਟਿਆ ਗਿਆ, ਵੋਕਲ ਕੋਰਡ ਤੱਕ ਕਿਸੇ ਦੀ ਵੱਢੀ ਗਈ ਔਰ ਉਹਨਾਂ ਨੇ ਜਿਹੜੇ ਹੈਗੇ ਆ ਕਿ ਗੂੰਗੇ ਤੱਕ ਲੋਕ ਹੋ ਚੁੱਕੇ ਆ ਅਤੇ ਇਹ ਚੰਦ ਪੈਸਿਆਂ ਦੇ ਮੁਨਾਫੇ ਦੇ ਕਾਰਨ ਇਹ ਲੋਕਾਂ ਦੀ ਜ਼ਿੰਦਗੀ ਨਾਲ ਵੀ ਖੇਡ ਰਹੇ ਆ। ਜੋ ਅਸੀਂ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਗਰਤੀ ਲਹਿਰ ਕੇ ਲੀਏ ਅੰਮ੍ਰਿਤਸਰ ਸੇ ਅਮਨ ਮਾਹਲ ਕੀ ਰਿਪੋਰਟ।